ਯੇਸ਼ੂ ਦਾ ਸਬਤ ਦੇ ਦਿਨ ਚੰਗਿਆਈ ਦੇਣਾ। ਲੂਕਾ 6:6-11। ਇੱਕ ਹੋਰ ਸਬਤ ਦੇ ਦਿਨ ਉਹ ਯਹੂਦੀ ਪ੍ਰਾਰਥਨਾ ਘਰ ਵਿੱਚ ਉਪਦੇਸ਼ ਦੇਣ ਲਈ ਗਿਆ। ਉੱਥੇ ਇੱਕ ਆਦਮੀ ਸੀ ਜਿਸ ਦੇ ਸੱਜੇ ਹੱਥ ਨੂੰ ਅਧਰੰਗ ਸੀ। ਨੇਮ ਦੇ ਉਪਦੇਸ਼ਕ ਅਤੇ ਫਰੀਸੀ ਇਸ ਉਡੀਕ ਵਿੱਚ ਸਨ, ਵੇਖੀ ਯੇਸੂ ਇਸ ਨੂੰ ਸਬਤ ਦੇ ਦਿਨ ਚੰਗਾ ਕਰ ਸਕਦਾ ਹੈ ਕਿ ਨਹੀਂ, ਤਾਂ ਜੋ ਉਸ ਨੂੰ ਦੋਸ਼ੀ ਠਹਿਰਾ ਸਕਣ। ਯੇਸ਼ੂ ਨੇ ਉਹਨਾਂ ਦੇ ਵਿਚਾਰਾਂ ਨੂੰ ਜਾਣ ਕੇ ਉਸ ਅਧਰੰਗੀ ਨੂੰ ਕਿਹਾ, ਉੱਠ ਅਤੇ ਵਿਚਾਲੇ ਆ ਕੇ ਖੜ੍ਹਾ ਹੋ ਜਾ। ਉਸ ਨੇ ਇੰਜ ਹੀ ਕੀਤਾ। ਤਦ ਯੇਸੂ ਨੇ ਲੋਕਾਂ ਨੂੰ ਪੁੱਛਿਆ, ਮੈਂ ਤੁਹਾਨੂੰ ਪੁੱਛਦਾ ਹਾਂ, ਸਬਤ ਦੇ ਦਿਨ ਕੀ ਕਰਨਾ ਚੰਗਾ ਹੈ, ਚੰਗਿਆਈ ਕਰਨਾ ਜਾਂ ਬਦੀ, ਕਿਸੇ ਦੇ ਪ੍ਰਾਣ ਬਚਾਉਣਾ ਜਾਂ ਨਸ਼ਟ ਕਰਨਾ? ਯੇਸ਼ੂ ਨੇ ਆਲੇ ਦੁਆਲੇ ਉਹਨਾਂ ਸਾਰੇ ਲੋਕਾਂ ਨੂੰ ਵੇਖਿਆ ਅਤੇ ਬਿਮਾਰ ਆਦਮੀ ਨੂੰ ਆਖਿਆ, ਮੈਨੂੰ ਆਪਣਾ ਹੱਥ ਵਿਖਾ। ਉਸ ਨੇ ਆਪਣਾ ਹੱਥ ਵਿਖਾਇਆ, ਉਹ ਬਿਲਕੁਲ ਠੀਕ ਹੋ ਗਿਆ ਸੀ। ਇਹ ਵੇਖ ਕੇ ਉਹ ਸਾਰੇ ਲੋਕ ਕ੍ਰੋਧ ਵਿੱਚ ਆ ਗਏ ਅਤੇ ਇੱਕ ਦੂਜੇ ਨੂੰ ਕਹਿਣ ਲੱਗੇ, ਆਪਾਂ ਯੇਸੂ ਨਾਲ ਕੀ ਕਰੀਏ,